ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਆਪਣਾ ਪਸੰਦੀਦਾ ਚੈਨਲ ਖਬਰੀ ਡਾਕੀਆ। ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਰਿਕੁਐਸਟ ਹੈ, ਜਿਨ੍ਹਾਂ ਦਰਸ਼ਕਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ, ਧੰਨਵਾਦ। ਅੱਜ ਦੀ ਖਬਰ ਸੁਣਨ ਤੋਂ ਬਾਅਦ ਹੋ ਸਕਦਾ ਹੈ ਕੁਝ ਲੋਕਾਂ ਦੀ ਭੁੱਖ ਹੀ ਮਰ ਜਾਵੇ। ਜੀ ਹਾਂ, ਇਹ ਖਬਰ ਹੈ ਉਹਨਾਂ ਲੋਕਾਂ ਲਈ ਜੋ ਔਨਲਾਈਨ ਖਾਣਾ ਆਰਡਰ ਕਰਦੇ ਹਨ। ਇਹ ਖਬਰ ਹੈ ਗਾਜ਼ੀਆਬਾਦ ਦੇ ਇੱਕ ਇੰਜੀਨੀਅਰਿੰਗ ਸਟੂਡੈਂਟ ਸਿਧਾਰਥ ਦੀ, ਜੋ ਕਿ ਹਮੇਸ਼ਾ ਦੀ ਤਰ੍ਹਾਂ ਜ਼ੋਮੈਟੋ ਉੱਤੋਂ ਖਾਣਾ ਆਰਡਰ ਕਰ ਰਹੇ ਸਨ, ਪਰ ਆਰਡਰ ਕਰਨ ਦੇ ਇੱਕ ਘੰਟਾ ਬਾਅਦ ਤੱਕ ਜਦੋਂ ਉਹਨਾਂ ਦਾ ਖਾਣਾ ਨਹੀਂ ਪਹੁੰਚਿਆ ਤਾਂ ਉਹਨਾਂ ਨੇ ਆਰਡਰ ਕੈਂਸਲ ਕਰ ਦਿੱਤਾ। ਆਰਡਰ ਕੈਂਸਲ ਕਰਨ ਤੋਂ ਬਾਅਦ ਵੀ ਉਹਨਾਂ ਦੇ ਖਾਤੇ ਵਿੱਚੋਂ 142 ਰੁਪਏ ਦਾ ਬਿੱਲ ਕੱਟਿਆ ਜਾ ਚੁੱਕਿਆ ਸੀ। ਇਸ ਤਰ੍ਹਾਂ ਕਰਨ ਤੇ ਸਿਧਾਰਥ ਨੇ ਜ਼ੋਮੈਟੋ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਆਰਡਰ ਕੈਂਸਲ ਹੋ ਚੁੱਕਿਆ ਸੀ ਤੇ ਇਸ ਲਈ ਉਹਨਾਂ ਨੂੰ ਰਿਫੰਡ ਚਾਹੀਦਾ ਹੈ। ਇਸ ਤੋਂ ਬਾਅਦ ਸਿਧਾਰਥ ਦੇ ਫੋਨ ਉੱਤੇ ਇੱਕ ਕਾਲ ਆਉਂਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਤੁਹਾਡੇ ਪੈਸੇ ਤੁਹਾਨੂੰ ਰਿਫੰਡ ਹੋ ਜਾਣਗੇ, ਪਰ ਪਹਿਲਾਂ ਤੁਸੀਂ ਆਪਣੇ ਟ੍ਰਾਂਜੈਕਸ਼ਨ ਦੀਆਂ ਡਿਟੇਲ ਸਾਨੂੰ ਦੇ ਦੇਵੋ। ਇਸ ਤੋਂ ਬਾਅਦ ਜਦੋਂ ਸਿਧਾਰਥ ਨੇ ਫੋਨ ਕੱਟਿਆ ਤਾਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ 91,196 ਰੁਪਏ ਕੱਟ ਚੁੱਕੇ ਸਨ। ਜੀ ਹਾਂ, ਉਹਨਾਂ ਨੂੰ ਇੱਕ ਕਾਠੀ ਰੋਲ ਅਤੇ ਇੱਕ ਰੁਮਾਲੀ ਰੋਟੀ ਦੇ ਲਈ ਭੁਗਤਾਨ ਕਰਨਾ ਪਿਆ 91,196 ਰੁਪਏ ਦਾ। ਇਸ ਗੜਬੜੀ ਨੂੰ ਲੈ ਕੇ ਹੁਣ ਸਟੂਡੈਂਟ ਸਿਧਾਰਥ ਪੁਲਿਸ ਕਚਹਿਰੀਆਂ ਦੇ ਚੱਕਰ ਖਾ ਰਹੇ ਹਨ। ਇਸ ਖਬਰ ਦੇ ਰਾਹੀਂ ਅਸੀਂ ਅਵੇਅਰ ਕਰਦੇ ਹਾਂ ਆਪਣੇ ਉਹਨਾਂ ਦਰਸ਼ਕਾਂ ਨੂੰ ਜੋ ਆਨਲਾਈਨ ਪੇਮੈਂਟਸ ਕਰਦੇ ਹਨ ਅਤੇ ਕੋਈ ਵੀ ਕਾਲ ਆਉਣ ਤੇ ਆਪਣੀ ਪਰਸਨਲ ਇਨਫੋਰਮੇਸ਼ਨ ਕਿਸੇ ਨਾਲ ਵੀ ਸ਼ੇਅਰ ਕਰਦੇ ਹਨ।